ਇਧਰ ਲਾਡੀ ਆ ਇੱਕ ਮੈਸੇਜ ਰੋਜ਼ ਦੇ ਕੇ ਜਾਂਦਾ ਜਿਮ ਚ ਜਾਂਦਾ ਹੋਇਆ ਮੈਸੇਜ ਤਾਂ ਇਹੀ ਦੇਣਾ ਵੀ ਵੱਧ ਤੋਂ ਵੱਧ ਸਭ ਤੋਂ ਪਹਿਲਾਂ ਸਿਹਤਾਂ ਦਾ ਖਿਆਲ ਰੱਖੋ ਹਾਂਜੀ ਗਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਤੇ ਮੈਂ ਤੇ ਮਨਪ੍ਰੀਤ ਆਇਜ ਕੇ ਸਪਰੇ ਕਰਨਾ ਤੇ ਮੈਂ ਜਦੋਂ ਸੁੰਡ ਸਿੱਧਾ ਕਰਨ ਲੱਗਿਆ ਸਾਡਾ ਸੁੰਡ ਸੀਗਾ ਇਹ ਪੁਰਾਣਾ ਤੇ ਠੰਡਾ ਹੋਣ ਕਰਕੇ ਸਿਆਲ ਹੋਣ ਕਰਕੇ ਟੁੱਟ ਗਿਆ ਤੇ ਬੰਦੇ ਅਸੀਂ ਦੋਵੇਂ ਆਏ ਅਮਨ ਆਉਣਾ ਸੀ ਸਾਡੇ ਵਾਲਾ ਤੇ ਲਵਲੀ ਉਹ ਨਰਮਾ ਭਰਾਈ ਜਾਂਦੇ ਸੀਗੇ ਘਰੇ ਤੇ ਹਲੇ ਉਹਨਾਂ ਨੂੰ ਲੱਗ ਜਾਣਾ ਥੋੜ੍ਹਾ ਜਿਹਾ ਟਾਈਮ ਤੇ ਹੁਣ ਦੇਖਦੇ ਹਾਂ ਅਸੀਂ ਇਹ ਟੁੱਟੇ ਹੋਏ ਸੁੰਡ ਨਾਲ ਪਾਣੀ ਭਰ ਪਾਵਾਂਗੇ ਕਿ ਨਹੀਂ ਤੇ ਜਦੋਂ ਤੱਕ ਉਹ ਆਉਂਦੇ ਇੱਕ ਢੋਲ ਅਸੀਂ ਭਰ ਕੇ ਉਦੋਂ ਤੱਕ ਛਿੜਕ ਦਿੰਦੇ ਹਾਂ ਦੋਨੇ ਜਾਣੇ ਤਾਂ ਬਣੇ ਰਹੋ ਵੀਡੀਓ ਦੇ ਨਾਲ ਤੇ ਦੇਖੋ ਅਸੀਂ ਕਿਵੇਂ ਜਗਾੜ ਕਰਦੇ ਹਾਂ ਕਿ ਸੁੰਡ ਪਾਈਪ ਟੁੱਟ ਕੇ ਹਾਲ ਕੁਛ ਇਸ ਤਰ੍ਹਾਂ ਹੋ ਗਿਆ ਤੇ ਦੇਖੋ ਵਿਚਾਲੋਂ ਟੁੱਟ ਗਈ ਹੈ ਇੱਧਰ ਢੋਲ 'ਚ ਜਾਂਦੀ ਆ ਤੇ ਇਹਦਾ ਜਗਾੜ ਤਾਂ ਹੋਰ ਤਾਂ ਕੋਈ ਨਹੀਂ ਹੋਇਆ ਬਸ ਸਿਆਲ ਆਵੇ ਤੇ ਨਾ ਤਾਂ ਉੱਤੇ ਥੱਲੇ ਚੜ੍ਹਦੀ ਆ ਤੇ ਇਹਨੂੰ ਕੀ ਕਰਦੇ ਹਾਂ ਅਸੀਂ ਤੇ ਉੱਤੇ ਲਿਫਾਫਾ ਲਪੇਟ ਕੇ ਐਵੇਂ ਤੇ ਫਿਰ ਚਲਾ ਦਾਂਗੇ ਤੇ ਇੱਥੇ ਹੱਥ ਨਾਲ ਫੜੀ ਰੱਖਾਂਗੇ ਚੱਲ ਚਲਾ ਦੇ ਇਹ ਆ ਜੀ ਆਪਣੀ ਟੁੱਟੀ ਹੋਈ ਪਾਈਪ ਦਾ ਜੋੜ ਤੋਂ ਇਹ ਜਗਾੜ ਕਰਿਆ ਇਹਦੇ ਤਾਂ ਆਪਾਂ ਲਿਫਾਫਾ ਬੰਨ ਕੇ ਹੱਥ ਨਾਲ ਫੜ ਲਿਆ ਤੇ ਕੰਮ ਚੱਲਦਾ ਹੋ ਗਿਆ ਇਹਦੇ ਪਾਈਪ ਆਪਣੀ ਬੋਦੀ ਹੋ ਰਹੀ ਸੀ ਇਹ ਸੁੰਡ ਪਾਈਪ ਤੇ ਕਈ ਥਾਵਾਂ ਤੋਂ ਲੀਕ ਹੈ ਤੇ ਹੁਣ ਆਪਣਾ ਢੋਲ ਭਰਦਾ ਹੋ ਗਿਆ ਹਾਂਜੀ ਆਹ ਸਾਡੀ ਸਪਰੇਅ ਹੈਗੀ ਜਿਹੜੀ ਅੱਜ ਅਸੀਂ ਕਣਕ 'ਤੇ ਕਰਨੀ ਆ ਇਹਦੇ 'ਚ ਸਾਡੇ ਨਾਲ ਕੀ ਝੇੜ ਹੋਈ ਕਿ ਜਦੋਂ ਮੈਂ ਇਹ ਵਾਲੀ ਪੁੜੀ ਚੱਕੀ ਆ ਬਾਲਟੀ 'ਚ ਘੋਲਣ ਲਈ ਪਹਿਲਾਂ ਮੈਂ ਦੋ ਪੁੜੀਆਂ ਇੱਧਰ ਖੋਲ ਕੇ ਪਾ ਦਿੱਤੀਆਂ ਸੀ ਜਦੋਂ ਇਹ ਖੋਲ੍ਹੀ ਮੈਂ ਚੱਕੀ ਇਹ ਮੈਂ ਸਾਡੇ ਵਾਲੇ ਨੂੰ ਕਿਹਾ ਮੈਂ ਕਿਹਾ ਮੈਨੂੰ ਤਾਂ ਖਾਲੀ ਲੱਗਦੀ ਆ ਇਹ ਅਤੇ ਜਦੋਂ ਇਹ ਸੱਚੀ ਖੋਲ੍ਹੀ ਤਾਂ ਬਿਲਕੁਲ ਹੀ ਖਾਲੀ ਸੀ ਵਿੱਚੋਂ ਪੰਨਾ ਦੇਖ ਸਕਦੇ ਬਿਲਕੁਲ ਸਾਫ਼ ਪਿਆ ਖਾਲੀ ਚਿੱਟਾ ਚਿੱਟਾ ਪਿਆ ਜਿਵੇਂ ਬਿਲਕੁਲ ਵਰਤੇ ਹੀ ਨਹੀਂ ਹੁੰਦਾ ਅਤੇ ਬਾਕੀ ਪੁੜੀਆਂ ਤੁਹਾਨੂੰ ਅਤੇ ਬਾਕੀ ਪੁੜੀਆਂ ਬਿਲਕੁਲ ਸਹੀ ਸਲਾਮਤ ਨੇ ਪਰ ਇਹ ਵਾਲੀ ਬਿਲਕੁਲ ਸਾਨੂੰ ਖਾਲੀ ਨਿਕਲੀ ਆ ਨਵੀਂ ਨਵੇਲੀ ਸਪਰੇ ਘੋਲ ਕੇ ਪਾ ਲਈ ਆ ਢੋਲ 'ਚ ਅਤੇ ਕੰਨ ਮਾਰ ਕੇ ਹੁਣ ਇਹਨੂੰ ਘੋਲ ਰਹੇ ਹਾਂ ਵਿੱਚ ਢੋਲ ਦੇ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਏ ਕਰਤੀ ਸਟਾਰਟ ਸਪਰੇ ਕਰਨੀ ਅਤੇ ਕਿਰਾਂ ਦਾ ਮੈਂ ਅਤੇ ਮਨਪ੍ਰੀਤ ਦੋਨੇ ਆ ਅਤੇ ਇੱਧਰੋਂ ਇੰਨੀ ਲੰਮੀ ਉਸਤਰੀ ਤੱਕ ਮੈਂ ਖਿੱਚ ਕੇ ਲਿਆਇਆ ਕਰੂੰਗਾ ਅਤੇ ਉਹ ਪਿੱਛੇ ਖਿੱਚੂਗਾ ਟਰੈਕਟਰ ਕੋਲ ਮਨਪ੍ਰੀਤ ਅਤੇ ਇੰਨੇ ਤੱਕ ਅਮਨ ਅਤੇ ਆ ਜਾਣਗੇ ਲਵਲੀ ਉਹੀ ਛੋਟੀ ਉਸਤਰੀ 'ਚ ਤਾਂ ਅਸੀਂ ਦੋਨਾਂ ਨੇ ਕਰਤੀ ਸਪਰੇ ਅਤੇ ਹੁਣ ਲਵਲੀ ਅਤੇ ਅਮਨ ਆ ਗਏ ਨੇ ਅਤੇ ਹੁਣ ਚੱਲੇ ਹਾਂ ਇੱਧਰ ਪਿੱਛੇ ਲੰਮੀ ਉਸਤਰੀ 'ਚ ਕਾਫ਼ੀ ਦੂਰ ਤੱਕ ਜਾਣਾ ਆ 2-3 ਕਿੱਲੇ ਅਤੇ ਇੱਕ ਪੰਗਾ ਇਹ ਆ ਹਵਾ ਆਉਂਦੀ ਆ ਉਲਟੀ ਦੇ ਪੁੱਠਾ ਤੁਰ ਕੇ ਪੈਣਾ ਯਾਰ ਆ ਪੁੱਠਾ ਛਿੜਕਣਾ ਪਊਗਾ ਇੱਧਰੋਂ ਅਤੇ ਉੱਧਰੋਂ ਸਿੱਧਾ ਆਇਆ ਕਰੂੰਗਾ ਇੱਧਰ ਲਵਲੀ ਜਾਂਦਾ 9-11 ਅਤੇ ਉੱਧਰ ਅਮਨ ਅਤੇ ਮਨਪ੍ਰੀਤ ਨੇ ਪਿੱਛੇ ਦੁਬਾਰਾ ਪੈ ਵਾਪਸ ਖਿੱਚਣਗੇ ਅਤੇ 9-11 ਇੱਧਰ ਤਣਿਆ ਗਿਆ ਅਤੇ ਉਹ ਰਹਿ ਗਏ ਉਸਤਰੀ ਪਿੱਛੇ ਕਾਫ਼ੀ ਪਿੱਛੇ ਨੇ ਉਹ ਅਤੇ ਹਲੇ ਹੋਰ ਜਾਣਾ ਅੱਗੇ ਅਤੇ ਇੱਧਰੋਂ 9-11 ਪੁੱਠਾ ਮੁੜਦਾ ਹੋਇਆ ਤਾਂ ਰੈਲਾ ਹੀ ਆਉਂਦਾ ਨਿਊਟਰ ਜੀ ਆ ਕਹਿੰਦਾ ਹੁਣ ਤਾਂ ਜਿਵੇਂ ਢਾਲ 'ਚ ਜਾਂਦਾ ਹੁੰਦਾ ਅਤੇ ਤਣੇ ਗਏ ਉਹ ਅਗਲੇ ਬੰਦੇ ਹੁਣ ਉਹਨਾਂ ਦੀ ਵਾਰੀ ਹੈ ਜ਼ੋਰ ਲਾਉਣ ਦੀ ਹਾਂਜੀ ਵੀਰੇ ਐਂ ਕਰਨੀ ਪੈਂਦੀ ਹੈ ਸਪਰੇ ਜਦੋਂ ਹਵਾ ਚੱਲਦੀ ਹੋਵੇ ਪੁੱਠਾ ਤੁਰ ਕੇ ਕਿਉਂਕਿ ਉਹ ਉੱਧਰੋਂ ਆਉਣ ਵੇਲੇ ਆਉਣ ਵਾਲੇ ਸਿੱਧੇ ਆਵਾਂਗੇ ਤੇ ਪਾਸ ਲੈ ਕੇ ਜਾਣ ਵਾਲੇ ਪੁੱਠੇ ਜਾਂਦੇ ਆ ਹਵਾ ਵੀਰੇ ਇੱਧਰੋਂ ਦੇ ਨਹੀਂ ਸਾਰੀ ਸਪਰੇ ਉੱਤੇ ਆਉਂਦੀ ਆ ਤਾਂ ਉਹ ਸਪਰੇਅ ਕਰਤੀ ਆਪਾਂ ਸਾਰੀ ਅਤੇ ਸਵੇਰੇ ਤੋਂ ਸ਼ਾਮ ਆਉਣ ਵਾਲੀ ਹੋ ਗਈ ਪਰ ਆਪਾਂ ਟੋਪੀ ਅਤੇ ਸਵੈਟ ਨਹੀਂ ਲਾਈ ਅਤੇ ਪਿੱਛੇ ਆਪਣੇ ਮਿੱਤਰ ਪਿਆਰੇ ਅਮਨ ਵੀਰ ਆ ਗਿਆ ਸੀ ਅਤੇ ਲਵਲੀ ਵੀ ਆ ਗਿਆ ਸੀ ਅਤੇ ਬਹੁਤ ਬਹੁਤ ਧੰਨਵਾਦ ਅਮਨੀ ਬਾਈ ਦਾ ਅਤੇ ਲਵਲੀ ਦਾ ਜਿਨ੍ਹਾਂ ਨੇ ਸਾਡੇ ਨਾਲ ਆ ਕੇ ਸਪਰੇਅ ਕਰਾਈ ਅਤੇ ਰੱਬ ਇਹਨਾਂ ਨੂੰ ਹੋਰ ਕੰਮ ਕਰਨ ਦਾ ਬਲ ਬਖਸ਼ੇ ਅਤੇ ਸਾਡੇ ਨਾਲ ਇੱਦਾਂ ਹੀ ਕੰਮ ਕਰਾਉਂਦੇ ਆਉਂਦੇ ਰਹਿਣ ਤਾਂ ਧੰਨਵਾਦ ਬਾਈ ਤੁਹਾਡਾ ਚਲੋ ਜਦੋਂ ਅਗਲੀ ਵਾਰੀ ਬੁਲਾਇਆ ਤਾਂ ਭੱਜੇ ਆਉਂਗੇ ਹੁਣ ਇੰਨਾ ਕੁ ਬਹੁਤ ਆ ਨਾ ਬਲੌਗ ਤਾਂ ਹੁਣ ਰੋਜ਼ ਹੀ ਬਣਦੇ ਰਿਹਾ ਕਰਨਗੇ ਤੇ ਬਸ ਆ ਜਾਇਆ ਕਰੋ ਬਸ ਮੈਂ ਤੁਹਾਨੂੰ ਦੱਸ ਦਿਆ ਕਰੂ ਜਿੱਦਾਂ ਕੰਮ ਹੋਇਆ ਕਰੂਗਾ ਠੀਕ ਆ ਤੇ ਉਹ ਸਾਡਾ ਟੁੱਟਿਆ ਹੋਇਆ ਸੁੰਡ ਸਾਡੇ ਕਰੀ ਉਦੇ ਵੀ ਹੋਣਾ ਪਊਗਾ ਚੱਲ ਕੋਈ ਨਾ ਇੱਕ ਬਲੌਗ ਆਪਣਾ ਉਦੇ ਬਣ ਜੂਗਾ ਤੇ ਟੁੱਟਿਆ ਹੋਇਆ ਸੁੰਡ ਪਾਈਪ ਇੱਧਰ ਆਪਣੇ ਪੁਰਾਣੇ ਰੱਖਤਾ ਵਿੱਚ ਢੋਲ ਦੇ ਇਹਦਾ ਹਾਲ ਕੁਛ ਇਸ ਤਰ੍ਹਾਂ ਹੋ ਗਿਆ ਸੀ ਦੋ ਟੁੱਟੇ ਹੋ ਗਏ ਸੀ ਕਿ
मेरी ना एक आदत हमेशा कदे भी खेत में खलारा पा के नहीं सट के गया तो इन्हों इतने एक तो चुक के कि साइड पर रख दूंगा ता कि बाद जिदे भी नेरे सवेरे आवेंगे तो यह अग मचाने के काम देने अपने धूं ही पै जूगी तो यह सारे चुक के हूँ एक साइड पर रख दूंगा इतने खाली बॉक्स सारे कट्ठे कर लेने तो इन्हों इत एक साइड पर एक जगह पर रख देना आ मान लो आप इतने पहला पे आ इत सारे सीट ले जिदे हूँ खेत अग मचाने धूई पानी हो सारे काम देने खाली हुए बॉक्स सारे आप एक दो पोलीथिन च पा के इतने टंग दते आ नींबू के बूटे से तो फिर अपन फिर काम दे जाएंगे तो वो की कहने हो घेर के खड़ गए मैनू आता पतंदर इतना मस्त लगता तो आ बेचारा झुरदा रहा जमी बीत्या पाया तो इधर भी डब्बू वाला काम हो रहा एक तो मस्त हो इधर पिछे चाचा साडा ये थोड़ा जि झुरी जाता होर बी चाचे घंट स्परे कर दे करती और बलविंदर सू तो संगी जगह तो जाना यार कोई संघ नहीं इधर खड़ा चाचे का 3600 फुट पुराना चाचा कहना रेहड़ी गढ़ी है मगर तो इधर बैठा लवली तो इधर पहाड़ी हो रही है अमन आके बढ़ रहा हरा हाँ डब्बू तो पूरा जोर लग्या होया डब्बू इनू हौसला दे रहा अमन के पिछे पिछे फिरदा सी बस लै लिया काम कहना हूँ तो थोड़ी पांत रहेगी तो आप चलते हूँ घरें जिम का टाइम काफ़ी लंघ गया लेट हो गया अच्छा नागरे को बिठाया से उत्ते तू की बोलेगा बी मिलते अगले ब्लॉग अगला ब्लॉग अजे एडी छेती अजी होर चलू आ कुछ बोल दे सब सब्सक्राइब बस हाँ बाई दे चैनल लाइक कमेंट ते सब्सक्राइब जरूर करियो शेयर रह गया शेयर भी करियो हाँ चाचा तू भी कह दे ठीक है चाचे ने कहा शेयर करियो साडा लाजमी कहिंदा ब्लॉग ओई मैं जा रहा सी खेतों घर नूं ते रास्ते जिथे जग्गा बाई मिल गया इन्हां दे घर कोले ढाणी च वार वार सत श्री अकाल बाई जी सेवा करो मापिया की सेवा करो जेडे गुरबाणी जुड़े हुए तत् है गुरबाणी के सिद्धांत चलो हां जी बी आप इस पंजाब न सोने की जी दुबारा बनाई है हाँ जी नवे ढंग तो सिर चे जिम्मे साडे बड़े वडेरिया ने पहले इन सामभ के रखे हाँ जी हाँ जी हाँ जी बहुत सोहने विचार आ बई जग्गा सूरती है जी दे उन्नी ही सोहनी तो साफ सुथरी इन्हों की गायकी आ तो आप एक दो दिन ही इन्हों दुबारा करते हैं गल तो फिलहाल मैं हो रहा जिम तो लेट थोड़ा घरें भी कम आ तो बने रहो चैनल के नाल तुसी सानू जरूर मुलाकात करावे तो मेहरबानी बई जी लो जी आप नहा तो के आ गए जिम च तो आ जिहड़ा चेहरा कृष्ण जी जिन्हों इन्नी इज्जत दे दें इन्नी इज्जत वाला है नहीं थोड़ू मैं हरेक ब्लॉग दसदा तो यह कहना आ जिन्या फोटो देख रहे हो सारिया साइड वालिया ये कहना मेरे नाल जिम लाते होंगे मैं इन्हों कहा तू शर्म कर फिटे मूँह तेरे तेरे नाल जिम लाते कि पहुँच गए तू कि सूंगड़ी जाना जलूस तो निकलूगा बेटे जोर लगेगा तो जलूस भी निकलूगा शकल भी बिगड़ूगी तो इधर साडा बलबीर हो जाता औखा सौखा दूजे हथ नाल हैल्प लै रहा ला एंड ते सी कम कहना हूँ तो मेरा जलूस रख रहा तो काशा बाई ते नाल ही इधर सोना बहुत वधिया बई रेगूलर जिम ला के जांदा डेली ते इधर बई सोनी ए बई सोनी चक्की वाला मुंडा कहिंदे दंदी वाल फीड फैक्टरी वाला है ये मालिक उहदा ठीक कहिंदा अज मैं भराड़ घट जाने है ट्राइसेप देख सकदे हो शरेआम तुसीं देख रहे ने टी शर्ट पाटू पाटू करदी आ ते इधर लाडी आ एक मैसेज रोज देख जाता जिम च जाता होया कि अंदरों भाव नाल जां तरेड़े नाल जां जिद्दां भी है ना इहदे ते औस बन जांदी आ ते इत्थे रोज लिख के जांदा जोर लाओ रौला ना पाओ कुछ भी इस तरह का रोज ये मैसेज कहिंदा सवेरे जदों मैं आउणा गा ते उदों भी इह इदां ही पिया हुंदा गा बहुत सोहणा कम आ बई लाडी नूं देख के कई बंदे मोटीवेट हो जांदे हैगे सही है सही है जी सही है ते सारे जने जो जिहड़े जिहड़े इत्थे जिम आउंदे मेरे कोले सारे जने इत्थे अंदर वड़ के एक बार जरूर इत्थे ध्यान दिया करो तां ऑटोमैटिकली थोड़ा जोर लगन लग जाऊ अंदर हां जी कह दे हो गल बई रोज नहाईदा गा
ਹੁਣ ਕੀ ਕਹੀਏ ਟੋਪਾ ਤੇ ਕੋਟ ਸਾਡੇ ਕੋਲ ਇੱਕੋ ਹੀ ਆ ਹੈ ਤੇ ਇੱਧਰ ਮੇਰੇ ਨਾਲ ਮੌਜੂਦ ਨੇ ਪਿਛਲੇ ਵੀਡੀਓ ਦੇ ਵਿਜੇਤਾ ਸਾਡੇ ਲਾਡੀ ਜੀ ਕੀ ਮੈਸੇਜ ਦੇਗਾ ਬਾਈ ਨੀਵੀ ਭਾਈ ਖੜਾ ਵਿਚਾਰਾ ਕਹਿੰਦਾ ਮੈਂ ਤਣਿਆ ਹੈਗਾ ਮੈਸੇਜ ਤਾਂ ਇਹੀ ਦੇਣਾ ਵੀ ਜਿਮ ਲਾਓ ਸਰੀਰ ਬਣਾਓ ਥਕਾਵਟ ਦੂਰ ਭਜਾਓ ਤੇ ਜਦੋਂ ਮਤਲਬ ਪਹਿਲਾਂ ਤੂੰ ਜਿਮ ਲਾਉਣ ਨਹੀਂ ਲਾਉਂਦਾ ਸੀ ਜਾਂ ਹੁਣ ਲਾਉਣ ਲੱਗਿਆ ਜਦੋਂ ਦਾ ਉਹਦਾ ਕੀ ਫਰਕ ਤੈਨੂੰ ਮਹਿਸੂਸ ਹੋ ਰਿਹਾ ਕੁਛ ਫਰਕ ਲੱਗ ਰਿਹਾ ਫਰਕ ਤਾਂ ਜੀ ਬੜਾ ਆ ਗਿਆ ਪਹਿਲਾਂ ਤਾਂ ਸੁਸਤੀ ਆਲਸ ਸਾਰਾ ਦਿਨ ਨੀਂਦ ਹੀ ਆਈ ਜਾਂਦੀ ਸੀ ਸਵੇਰੇ ਉੱਠਣ 'ਚ ਵੀ ਮੁਸ਼ਕਲ ਲੱਗਦੀ ਹੈ ਜਦੋਂ ਆਪਾਂ ਨਹੀਂ ਲਾਉਂਦੇ ਮੈਂ ਜੀ 9 ਵਜੇ 9:30 ਵਜੇ ਉੱਠ ਸਕਦਾ ਹਾਂਜੀ ਹੁਣ ਜੋ ਜਿਮ ਦਾ ਟਾਈਮ ਹੋ ਜਾਂਦਾ ਹੈ 4:30 ਆਪਾਂ ਹੁਣੇ 5 ਵਜੇ ਆਟੋਮੈਟਿਕ ਜਾਗ ਆ ਜਾਂਦੀ ਇਹਦੇ ਸ਼ਹਿਰ ਦਿਨ એનર્ਜੀ ਬਣੀ ਰਹਿੰਦੀ ਤੁਸੀਂ ਕੋਈ ਵੀ ਕੰਮ ਕਰੋ ਹਾਂ એનર્ਜੈਟਿਕ ਰਹਿਣਾ ਬੰਦਾ ਪਹਿਲਾਂ ਬਾਈ ਕੀ ਹੁੰਦਾ ਨਾਰਮਲ ਬੰਦੇ ਨਾਲ ਹਨਾ ਕਿ ਆਪਣੇ ਬੜੇ ਸ਼ਮਾਈ ਆਪਾਂ ਕਰਨ ਕੰਮ ਕਰਨਾ ਹੁੰਦਾ ਤੇ ਇਹਨਾਂ ਦਾ ਕੰਮ ਵੀ ਨਹੀਂ ਰਹਿੰਦਾ ਹੈਗਾ ਤੇ 6 ਮਹੀਨੇ ਤੋਂ ਆਪਾਂ ਕੰਮ ਕਰਨਾ ਹੁੰਦਾ ਜਿੱਦਾਂ 2-3 ਦਿਨ ਕੰਮ ਕਰ ਲਿਆ ਬੰਦੇ ਨੇ ਤੇ ਬੰਦਾ ਵੀ ਫਿਰ ਹਫ਼ਤਾ ਆਪਦੀਆਂ ਲੱਤਾਂ ਬਾਹਾਂ ਗੋਡੇ ਮੋਢੇ ਫੜੀ ਜਾਂਦਾ ਕਿ ਹਾਂ ਦਰਦ ਹੋਣ ਲੱਗ ਗਿਆ ਜੇ ਆਪਾਂ ਰੋਜ਼ 1 ਘੰਟਾ ਜਿਮ 'ਚ ਜ਼ੋਰ ਲਾ ਕੇ ਜਾਂਦੇ ਹਾਂ ਤਾਂ 6 ਮਹੀਨਿਆਂ ਬਾਅਦ ਕੰਮ ਕਰੋ ਜਦੋਂ ਵੀ ਜ਼ਿਆਦਾ ਕੰਮ ਹੁੰਦਾ ਆਪਣਾ ਹੈਵੀ ਆਪਣੇ ਸੀਜ਼ਨ 'ਚ ਤਾਂ ਮੁੜ ਕੇ ਉਹ ਪ੍ਰੋਬਲਮ ਨਹੀਂ ਹੁੰਦੀ ਭਾਵੇਂ ਰੂੜੀ ਦੀ ਰੇਹ ਪਾਓ ਜਾਂ ਕੁਛ ਵੀ ਕੰਮ ਕਰੋ ਛਟੀਆਂ ਪੱਟੋ ਭਾਵੇਂ ਤੇ ਕਣਕ ਵੱਢੋ ਕੁਛ ਵੀ ਕੰਮ ਕਰੋ ਤਾਂ ਉਹ ਪ੍ਰੋਬਲਮ ਨਹੀਂ ਆਉਂਦੀ ਮਤਲਬ ਬੰਦਾ ਰੋਜ਼ 1 ਘੰਟਾ ਜ਼ੋਰ ਲਾ ਕੇ ਜਾਂਦਾ ਤਾਂ ਉਹਦੇ ਮਾਸ਼ਪੇਸ਼ੀਆਂ ਸਹੀ ਰਹਿੰਦੀਆਂ ਸਹੀ ਨਾ ਲਾਡੀ ਬਈ ਸਹੀ ਹੈ ਇਹ ਨਾਲ ਸਰੀਰ ਦਾ ਨਾ ਸਰਕਲ ਬਣਿਆ ਰਹਿੰਦਾ ਮੇਨ ਤੌਰ ਤੇ ਗੱਲ ਇਹ ਵੀ ਸਾਲ 'ਚ ਆਪਾਂ ਵਿਹਲੇ ਹੋ ਜਾਂਦਾ ਸਰੀਰ ਦਾ ਸਰਕਲ ਟੁੱਟ ਜਾਂਦਾ ਕੰਮ ਉਦੋਂ ਬੰਦੇ ਦਾ ਸਰੀਰ ਜਮਾਂ ਢਿੱਲਾ ਪੈ ਜਾਂਦਾ ਤੇ ਖਾ ਕੇ ਸਾਗ ਨਾਲ ਫਿਰ ਸੁੱਤੇ ਰਹਿਣੇ ਉਹ ਤਾਂ ਹੁੰਦਾ ਥੋੜਾ ਕੰਮ ਨਾ ਕਰਨ ਨਾਲ ਹੀ ਬਹੁਤ ਜ਼ਿਆਦਾ ਥਕਾਵਟ ਆਉਣ ਲੱਗ ਜਾਂਦੀ ਹੈ ਪਰ ਜਦੋਂ ਰੋਜ਼ ਸਰੀਰ ਦਾ ਸਰਕਲ ਚੱਲਦਾ ਰਹਿੰਦਾ ਆਪਾਂ ਜ਼ੋਰ ਲਾਉਂਦੇ ਰਹਿੰਦੇ ਆ ਜ਼ੋਰ ਬਣਿਆ ਰਹਿੰਦਾ ਸਰੀਰ ਸੈਟ ਰਹਿੰਦਾ ਸਰਕਲ ਚੱਲਦਾ ਰਹਿੰਦਾ ਹਾਂਜੀ ਤੇ ਬਾਕੀ ਇੱਧਰ ਲੱਗੇ ਹੋਏ ਆ ਆਪਣੇ ਭਲਵਾਨ ਸਾਰੇ ਤੇ ਔਖੇ ਸੌਖੇ ਹੋਣ ਤੇ ਪਿੱਛੇ ਚੱਲ ਉਹਨਾਂ ਨਾਲ ਕੀ ਬਣਾਉਣਾ ਉਹ ਰੌਲਾ ਪਾਉਣਗੇ ਥੋੜ੍ਹੇ ਤਾਂ ਇਹੀ ਸੀ ਆਪਣਾ ਕੁਛ ਅੱਜ ਦਾ ਵੀਡੀਓ ਤਾਂ ਹੁਣ ਮਿਲਦੇ ਹਾਂ ਅਗਲੇ ਵੀਡੀਓ 'ਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਦੱਬ ਕੇ ਕਰੋ ਹਾਂਜੀ ਧੰਨਵਾਦ ਜੀ ਤੇ ਨਵੇਂ ਵੀਰ ਆਏ ਜਿਹੜੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਮਿਲਦੇ ਹੁਣ ਅਗਲੇ ਵੀਡੀਓ 'ਚ